ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਨੀਤ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਮਾਤਾ ਗੰਗਾ ਗਰਲਸ ਕਾਲਜ ਸ਼ਹਿਰ ਤਰਨ ਤਾਰਨ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਮਾਝਾ ਏਰੀਆ ਬਾਰਡਰ ਏਰੀਆ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਓ ਜੀ ਬਹੁਤ ਵਧੀਆ ਕੱਦ ਤੁਹਾਡਾ ਥੈਂਕ ਯੂ ਸਰ ਮਾਸੀ ਜੀ ਵੀ ਉੱਥੇ ਆ ਤੇ ਬਾਕੀ ਦੀਦੀ ਵੀ ਉੱਥੇ ਆ ਅੱਛਾ ਹਾਂਜੀ ਤੁਹਾਡੇ ਸਾਰੇ ਦੋ ਜਣੇ ਹੀ ਦਾਦਕੇ ਪਰਿਵਾਰ ਚੋਂ ਦੋ ਭੂਆ ਨੇ ਉਹ ਕਿੱਥੇ ਆ ਉਹ ਇੱਕ ਰਹਿੰਦੇ ਨੇ ਸ਼ੀਨਿਆ ਵਾਲੀ ਸਾਈਡ ਤੇ ਏਅਰਪੋਰਟ ਰੋਡ ਤੇ ਤੇ ਇੱਕ ਰਹਿੰਦੇ ਨੇ ਡੱਡੂ ਆਣੇ ਪਿੰਡ ਆ ਕੈਨੇਡਾ ਮੇਰੇ ਬ੍ਰਦਰ ਆ ਸਿਸਟਰਸ ਆ ਕਾਫੀ ਚੜੀ ਮਤਲਬ ਗਏ ਹੋਏ ਮੈਂ ਉਹਨਾਂ ਕੋਲ ਹੀ ਜਾਣਾ ਆ ਕਿੱਥੇ ਕਿਹੜੀ ਸਿਟੀ ਮੇ ਬੀ ਨਹੀਂ ਜਿੱਥੇ ਅਗਲੇ ਹੈਗੇ ਤੁਹਾਨੂੰ ਤੇ ਐਵੇਂ ਮੈਨੂੰ ਲਾ ਦੋ ਬਸ ਨਹੀਂ ਬੰਦਿਆਂ ਨੂੰ ਪਤਾ ਹੀ ਹੁੰਦਾ ਆਪਣੇ ਭੈਣ ਭਰਾਵਾਂ ਦਾ ਕਿੱਥੇ ਗਏ ਆ ਨਹੀਂ ਤੁਸੀਂ ਸ਼ਹਿਰ ਦੱਸੋ ਭਾਵੇਂ ਉਧਰ ਮੂੰਹ ਕਰਕੇ ਦੱਸ ਦਿਓ ਅੱਛਾ ਤੁਸੀਂ ਵੀ ਜਾਣਾ ਇਕੱਠਿਆਂ ਦੀ ਫਲੈਟ ਆ ਸਾਡੀ ਅੱਛਾ ਹਾਂਜੀ ਇੱਕ ਪਾਸਾ ਤਾਂ ਜਹਾਜ਼ ਦਾ ਇਹਦਾ ਹੀ ਹੈ ਫਿਰ ਸਹੀ ਹੈ ਕੀ ਸ਼ੌਂਕ ਹੈ ਤੁਹਾਡੇ ਹਾਂਜੀ ਮੈਂ ਤੁਹਾਨੂੰ ਪਹਿਲੇ ਦੱਸਦਾ ਹੈ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਣ ਵਾਲੀ ਫਾਈਨਲ ਜੇਅਰ ਤਾਂ ਉਸ ਤੋਂ ਬਾਅਦ ਮੈਂ ਆਈਲੈਟਸ ਕਰਕੇ ਬਾਰੀ ਓਕੇ ਓਕੇ ਇਹਨਾਂ ਨੇ ਵੀ ਜਾਣਾ ਇਹਨਾਂ ਨਾਲ ਕਰਾਓ ਹਾਂਜੀ ਇਹਨਾਂ ਨੇ ਵੀ ਜਾਣਾ ਹੈ ਆਇਓ ਆਇਓ ਨਾਲੇ ਜਾਣਾ ਤੇ ਆ ਜਾਓ ਨਾਲੇ ਬਹੁਤ ਵਧੀਆ ਸ਼ੌਂਕ ਬਸ ਖਾਣਾ ਪੀਣਾ ਉਹ ਤਾਂ ਨਹੀਂ ਲੱਭਣ ਡਿਆ ਹੋਰ ਗਾਣੇ ਗਾਣੇ ਅੱਛਾ ਬਸ ਸੁਣਾਓ ਫਿਰ ਕੋਈ ਗੀਤ ਉਹ ਤਾਂ ਮੈਂ ਬਾਅਦ ਚ ਗਾ ਤੇ ਗਾਲ ਕੱਢਣ ਲੱਗੇ ਜੀ ਨਾ ਮੈਂ ਆਪਣੇ ਮੰਮਾ ਲਈ ਲਾਈਨਸ ਬੋਲਨੀਆਂ ਵਾਂ ਅੱਛਾ ਬੋਲੋ ਪਹਿਲੇ ਮੰਮਾ ਨੂੰ ਹਾਂਜੀ ਬੋਲ ਸਤਿ ਸ਼੍ਰੀ ਅਕਾਲ ਬੋਲ ਦੋ ਸਤਿ ਸ਼੍ਰੀ ਅਕਾਲ ਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੇ ਮੇਰੇ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਨਹੀਂ ਬੋਲਦੇ ਮੈਂ ਫਿਰ ਤੁਹਾਡੇ ਕਰਕੇ ਆਇਆ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਮੰਮਾ ਲਈ ਆਪਣੇ ਮੰਮਾ ਤੁਹਾਡੇ ਲਈ ਲਾਈਨਸ ਨੇ ਹਾਂਜੀ ਹਾਂਜੀ ਸੁਣਾਓ ਮੰਮੀ ਉਡੀਕਣ ਡੇ ਜੀ ਮੰਮੀ ਵੀ ਸੋਚਦੀ ਹੋਣੀ ਕੀ ਕਰਨ ਡੀ ਹੈ ਚਲੋ ਕਦੇ ਲਾਵੇ ਕਾਲੇ ਟਿੱਕੇ ਤੇ ਕਦੇ ਮਿਰਚਾਂ ਹੋ ਵਾਰਦੀ ਫਿਕਰਾਂ 'ਚ ਪਈ ਬੇਬੇ ਨਿੱਤ ਨਜ਼ਰਾਂ ਉਤਾਰਦੀ ਲੱਗ ਜੇ ਨਾ ਨਜ਼ਰ ਰਹਿੰਦੀ ਬੇਬੇ ਡਰਦੀ ਕੌਣ ਕਰ ਲੂ ਇੰਨਾ ਪਿਆਰ ਜਿੰਨਾ ਮੈਨੂੰ ਮੇਰੇ ਬੇਬੇ ਕਰਦੀ ਬਹੁਤ ਵਧੀਆ ਤੇ ਪਾਪਾ ਮੰਮਾ ਦੀ ਲੜਾਈ ਨਾ ਹੋ ਜੇ ਤੇ ਫਿਰ ਪਾਪਾ ਲਈ ਵੀ ਤੇ ਬੋਲਣਾ ਹੀ ਪੈਣਾ ਵਾ ਅੱਛਾ 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 ਹਾਂਜੀ ਤੇ ਫਿਰ ਨਹੀਂ ਹੁੰਦੀ ਲੜਾਈ ਨਹੀਂ ਹੁੰਦੀ ਲੜਾਈ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਮੈਂ ਤਾਂ ਉਦਾਂ ਕਹੀ ਜੇ ਲੜਦੇ ਹੁੰਦੇ ਘਰ ਦੇ ਨਹੀਂ ਨਹੀਂ ਉਹ ਵੀ ਬੋਲਦੇ ਪਏ ਆ ਹਾਂ ਤੂੰ ਛੜਾ ਦਿਆ ਕਰੋ ਫਿਰ ਨਹੀਂ ਮੈਂ ਨਹੀਂ ਛੜਾ ਸਕਦੀ ਤੁਸੀਂ ਸਿਰਫ ਖਾਣ ਪੀਣ ਤੇ ਜ਼ੋਰ ਦਿੱਤਾ ਹਾਂਜੀ
ਘਰੇ ਪਵਾੜਾ ਪੈ ਜੇ ਤੁਸੀਂ ਰੋਟੀ ਦੇ ਜ਼ੋਰ ਆ ਆਪਣੀ ਰੋਟੀ ਖਾਓ ਮਸਤ ਆ ਡੈਡੀ ਲਈ ਵੀ ਸੁਣਾਓ ਜੀ ਜੇਬ ਖਾਲੀ ਹੋਵੇ ਫਿਰ ਵੀ ਮਨਾ ਕਰਦੇ ਨਹੀਂ ਵੇਖਿਆ ਮੈਂ ਬਾਪੂ ਤੋਂ ਅਮੀਰ ਇਨਸਾਨ ਕਦੇ ਨਹੀਂ ਵੇਖਿਆ ਵਾਹ ਜੀ ਵਾਹ ਥੈਂਕ ਯੂ ਮੈਂ ਤੁਹਾਡੇ ਲਈ ਇੱਕ ਚੀਜ਼ ਲਿਆਂਦੀ ਆ ਹਾਂਜੀ ਚੀਜ਼ ਲਿਆਂਦੀ ਆ ਖਾਣ ਵਾਲੀ ਆ ਹਾਂਜੀ ਲਿਆਓ ਵੇ ਕਿੱਥੇ ਆ ਆ ਬਣਾਈ ਆ ਨਹੀਂ ਨਹੀਂ ਬਾਜ਼ਾਰੋਂ ਲਿਆਂਦੀ ਆ ਚਾਕਲੇਟ ਵਾਹ ਜੀ ਵਾਹ मैं लभन डे वाह ਲੱਗਣ ਡਿਆ ਅਖਬਾਰਾਂ 'ਚ ਰੋਜ਼ ਡਾਡਾ ਲੱਗਦਾ ਯਾ ਆਰ ਹਟਾ ਦੋ ਬਸ ਠੀਕ ਹੈ ਜੀ ਮੈਂ ਅੱਗੇ ਤੋਂ ਕਹਿ ਦਿਆ ਕਰੂੰਗਾ ਵੀ ਆਰ ਹਟਾ ਦੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਂ ਤੁਹਾਡਾ ਜਸਮੀਤ ਕੌਰ ਕਿਹੜੀ ਕਲਾਸ 'ਚ ਪੜ੍ਹਦੇ ਇੱਥੇ ਮੈਂ ਪਲੱਸ 2 ਪਲੱਸ 2 ਦੇ ਵਿੱਚ ਹਾਂਜੀ ਕੀ ਸ਼ੌਂਕ ਨੇ ਜੀ ਇਹ ਕਿਹੜਾ ਹੋਇਆ ਜੀ ਡਾਂਸ ਕਰ ਲਈਦਾ ਵਾ ਗਾਣਾ ਗਾ ਲਈਦਾ ਵਾ ਕੀ ਪਰਫਾਰਮ ਕਰੋਗੇ ਕੁਝ ਕਰੋਗੇ ਨਹੀਂ ਗੱਲਾਂ ਕਰਨੀਆਂ ਬਸ ਅੱਛਾ ਗੱਲਾਂ ਕਰਨੀਆਂ ਜੀ ਹਾਂਜੀ ਤੁਹਾਡੇ ਘੁੰਮਣ ਫਿਰਨ ਦਾ ਵੀ ਸ਼ੌਂਕ ਹੈ ਤੁਹਾਨੂੰ ਬਹੁਤ ਆ ਕਿੱਥੇ ਕਿੱਥੇ ਘੁੰਮੇ ਕਿਤੇ ਨਹੀਂ ਇਹ ਕਿਹੜਾ ਸ਼ੌਂਕ ਹੋਇਆ ਫਿਰ ਅੱਛਾ ਗਈ ਕਿਤੇ ਨਹੀਂ ਨਹੀਂ ਸਰ ਕਰੋ ਕਿਤੇ ਵੀ ਨਹੀਂ ਗਏ ਕਾਲਜ ਤੋਂ ਬਾਅਦ ਕਿਤੇ ਬੰਦਾ ਘਰ ਦੇ ਨਾਲ ਜਾਣਦਾ ਕਿਤੇ ਅੰਮ੍ਰਿਤਸਰ ਜਾਣਦਾ ਕਦੇ ਕਦੇ ਨਹੀਂ ਹਾਂਜੀ ਜਿੱਥੇ ਰਿਸ਼ਤੇਦਾਰ ਵਗੈਰਾ ਰਹਿੰਦੇ ਅੰਮ੍ਰਿਤਸਰ ਵਗੈਰਾ ਤੇ ਜਿੱਥੇ ਅੰਮ੍ਰਿਤਸਰ ਵਗੈਰਾ ਅੰਮ੍ਰਿਤਸਰ ਤਾਂ ਇੱਕੋ ਹੀ ਹੈ ਜੀ ਨਹੀਂ ਅੰਮ੍ਰਿਤਸਰ ਮਤਲਬ ਜਿੱਦਾਂ ਨਾਨੀ ਕੋ ਚਲੇ ਗਏ ਮਾਸੀ ਕੋ ਚਲੇ ਗਏ ਅੱਛਾ ਨਾਨਕਿਆਂ ਕੋ ਚਲ ਗਏ ਕਿੱਥੇ ਮਾਸੀ ਤੁਹਾਡੇ ਮੇਰੇ ਅੰਮ੍ਰਿਤਸਰ ਕਿਹੜੀ ਜਗ੍ਹਾ ਸੁਲਤਾਨਵੀਰ ਗੇਟ ਹੈਗਾ ਗੰਦਾ ਨਾਲੇ ਲੱਗ ਠੀਕ ਹੈ ਕੰਮ ਤੇ ਨਾਨਕੇ ਕਿੱਥੇ ਤੁਹਾਡੇ ਸਰਿਆਲੀ ਕਲਾ ਹਾਂਜੀ ਸਰਿਆਲੀ ਕਲਾ ਹਾਂਜੀ ਸਾਰੇ ਚੜ੍ਹਦੀ ਕਲਾ ਹਾਂਜੀ ਸਾਰੇ ਠੀਕ ਠਾਕ ਹਾਂਜੀ ਥੈਂਕ ਯੂ ਸੋ ਮਚ ਸਰ ਮੈਂ ਤੁਹਾਡੇ ਕੁਐਸਚਨ ਪੁੱਛਨੇ ਸੀਗੇ ਹਾਂਜੀ ਪੁੱਛੋ ਜੀ ਸਰ ਜਿੱਦਾਂ ਤੁਸੀਂ ਮਤਲਬ ਬੌਨ ਕਿੱਥੇ ਹੋਏ ਬੇਸਿਕਲੀ ਤੁਸੀਂ ਚੰਡੀਗੜ੍ਹ ਤੇ ਮਤਲਬ ਇਦਾਂ ਹੀ ਗਏ ਹੋਗੇ ਬੌਨ ਕਿੱਥੇ ਇਦਾਂ ਹੀ ਗਏ ਹੋਗੇ ਚੰਡੀਗੜ੍ਹ ਸਿੰਗਰ ਬਣੇ ਤੁਸੀਂ ਉਦੋਂ ਗਏ ਹੋਗੇ ਵੈਸੇ ਬੇਸਿਕਲੀ ਕਿੱਥੋਂ ਹੋ ਤੁਸੀਂ ਬੌਨ ਬੇਸਿਕਲੀ ਮੈਂ ਨੰਗਲ ਆਨੰਦਪੁਰ ਸਾਹਿਬ ਪੜਿਆ ਜੀ ਸਕੂਲਿੰਗ ਮੇਰੀ ਆਨੰਦਪੁਰ ਸਾਹਿਬ ਮੇਰਾ ਬੌਰਨ ਐਂਡ ਬ੍ਰੌਟ ਅਪ ਹੈ ਜੀ ਅੱਛਾ ਸਰ ਸਰ ਮੇਰੀ ਰਿਕੁਐਸਟ ਹੈ ਕਿੱਥੇ ਆਨੰਦਪੁਰ ਸਾਹਿਬ ਪੜਾ ਆਨੰਦਪੁਰ ਵਿੱਚ ਜੀ ਕਿਹੜੇ ਜ਼ਿਲ੍ਹੇ 'ਚ ਪੈਂਦਾ ਆਨੰਦਪੁਰ ਸਾਹਿਬ ਮੈਨੂੰ ਕੀ ਪਤਾ ਯਾਰ ਤੁਸੀਂ 12ਵੀਂ 'ਚ ਹੋਗੇ ਤੁਹਾਨੂੰ ਜ਼ਿਲ੍ਹਾ ਹੀ ਨਹੀਂ ਪਤਾ ਮੈਂ ਕਿੱਥੇ ਗਈ ਇਹ ਕਿਹੜੇ ਜ਼ਿਲ੍ਹੇ 'ਚ ਆ ਆਪਾਂ ਇਹ ਤਰਨਤਾਰਨ ਜ਼ਿਲ੍ਹਾ ਕਿਹੜਾ ਇਹਨਾਂ ਨੂੰ ਪੁੱਛਿਆ ਮੈਂ ਤਰਨਤਾਰਨ ਫੇਰ ਠੀਕ ਹੈ ਜੇ ਘੱਟੋ ਘੱਟ ਆਪਣੇ ਜ਼ਿਲ੍ਹੇ ਦਾ ਤਾਂ ਪਤਾ ਨਾ ਹਾਂਜੀ ਸਰ ਹੁਣ ਸਰਕਾਰ ਕਿਹਦੀ ਆਈ ਹੈ ਆਮ ਆਦਮੀ ਪਾਰਟੀ ਅੱਛਾ ਅੱਧੇ ਘੰਟੇ ਬਾਅਦ ਬੋਲਣਾ ਹੈ ਸਰ ਮੈਨੂੰ ਨਰਵਸਨੈਸ ਹੋ ਰਹੀ ਤੁਹਾਡਾ ਸ਼ੌਂਕ ਕਾਹਦੇ 'ਚ ਹੈ ਮਤਲਬ ਜਦੋਂ ਕਿਹੜੇ ਕਿਹੜੇ ਸਬਜੈਕਟ ਆ ਤੁਹਾਡੇ ਕੋਲ ਮੇਰੇ ਕੋਲ ਮੈਥ ਸਾਇੰਸ ਮੈਥ ਕੈਮਿਸਟਰੀ ਫਿਜ਼ਿਕਸ ਮੈਥ ਪੰਜਾਬੀ ਇੰਗਲਿਸ਼ ਕੰਪਿਊਟਰ ਸਾਇੰਸ ਈਵੀਐਸ ਤੇ ਵੈਲਕਮ ਲਾਈਫ ਅੱਛਾ ਚਲੋ ਪੜਿਆ ਵੀ ਕਰੋ ਪੜਿੰਦੇ ਆ ਸਰ ਧੰਨਵਾਦ ਨਹੀਂ ਮੈਨੂੰ ਪਤਾ ਤੁਹਾਡੀ ਬੜੀ ਨੌਲੇਜ ਹੈ ਗੋਡ ਬੈਸ ਯੂ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸਰ ਸਿਮਰਨਪ੍ਰੀਤ ਕੌਰ ਹਾਂਜੀ ਸਿਮਰਨਪ੍ਰੀਤ ਕੌਰ ਓਕੇ ਕੀ ਕਿਹੜੀ ਕਲਾਸ ਪੜ੍ਹਦੇ BA 4th sem BA 4th sem ਕਿਹੜੇ ਸਬਜੈਕਟ ਤੁਹਾਡੇ ਕੋਲ ਮੇਰੇ ਕੋਲ ਇਲੈਕਟਿਵ ਇੰਗਲਿਸ਼ ਹਿਸਟਰੀ ਤੇ 뮤직 ਇਤਿਹਾਸ ਹਾਂਜੀ 뮤직 ਵੀ ਹੈ ਹਾਂਜੀ ਓਕੇ ਗਾਉਂਦੇ ਵੀ ਹੋ ਹਾਂਜੀ ਚਲੋ ਸੁਣਨਾ ਚਾਹਾਂ ਤੁਹਾਡਾ ਸੌਂਗ ਆ ਮੈਂ ਬੋਲ ਚਲੋ ਪਲੀਜ਼ ਥੈਂਕ ਯੂ ਤੇਰਾ ਚੰਦ ਤੋਂ ਸੁਨੱਖਾ ਮੁਖ ਸੋਣੀਏ ਤੋੜ ਦਿੰਦਾ ਮੇਰੇ ਸਾਰੇ ਦੁੱਖ ਸੋਣੀਏ ਉਹ ਫੁੱਲਾਂ ਨਾਲੋਂ ਵੱਧ ਤੇਰੀ ਟੇਰ ਕਰਨੀ ਮੇਰੀ ਜ਼ਿੰਦਗੀ ਦੀ ਖਾਲੀ ਥਾਂ ਤੂੰ ਭਰਨੀ ਉਹ ਤੇਰੇ ਉੱਤੇ ਮਰਦਾ ਮੈਂ ਪਿਆਰ ਤੈਨੂੰ ਕਰਦਾ ਮੈਂ ਜੋ ਵੀ ਜਿੱਤੇ ਹੋ ਮੈਂ ਅੱਜ ਤਾਈਂ ਤੇਰੇ ਤੋਂ ਹਾਰੂੰਗਾ ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਮਾਰੂੰਗਾ ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਮਾਰੂੰਗਾ ਸਤਿ ਸ਼੍ਰੀ ਅਕਾਲ
ਸਰ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਕੀ ਨਾਮ ਤੁਹਾਡਾ ਜਸਮੀਨ ਕੌਰ ਬਹੁਤ ਕਿਰਪਾ ਤੁਹਾਡੇ ਤੇ ਮਹਾਰਾਜ ਦੀ ਹਾਂਜੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਬਹੁਤ ਨੂਰ ਹੈ ਤੁਹਾਡੇ ਚਿਹਰੇ ਤੇ ਦਸਤਾਰ ਤੁਸੀਂ ਸਜਾਈ ਹੈ ਬਹੁਤ ਸੋਹਣੇ ਲੱਗਦੇ ਹੋ ਤੁਹਾਡਾ ਕੀ ਨਾਮ ਜੀ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਪ੍ਰੀਤ ਕੌਰ ਗੁਰਪ੍ਰੀਤ ਓਕੇ ਤੁਸੀਂ ਕੀ ਪੇਸ਼ ਕਰੋਗੇ ਜੀ ਸੌਂਗ ਗਾਓ ਸੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰ ਉਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੈ ਵਲੈਤੀ ਪਾਣੇ ਓ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣ ਦੁਨੀਆ ਦਾ ਲੱਭ ਬਿਸਮੱਲਾ ਤੇਰੀ ਚੁਗਣੀ ਹਾਏ ਤਾਰੇ ਆਵੇ ਤੇਰੀ ਚੁਗਣੀ ਸਾਈਂ ਬੋੜਾਂ ਵਾਲਿਆਂ ਦੀ ਚੁਗਣੀ ਹੋ ਸਾਨੂੰ ਸੌਦਾ ਨਹੀਂ ਪੁੱਗਦਾ ਇੰਡਸਟਰੀਅਲ ਲਾਅ ਬਿਜ਼ਨਸ ਬੈਂਕਿੰਗ ਐਂਡ ਇੰਸ਼ੋਰੈਂਸ ਇੰਗਲਿਸ਼ ਪੰਜਾਬੀ ਬਣਨਾ ਕੀ ਚਾਹੁੰਦੇ ਹੋ ਜੀ ਮੈਂ ਬੈਂਕ ਪੀਓ ਬਣਨਾ ਚਾਹੁੰਦੀ ਹਾਂ ਜੀ ਅੱਛਾ ਜੀ ਹਾਂਜੀ ਤੁਹਾਡਾ ਕੀ ਨਾਮ ਜੀ ਗਗਨਦੀਪ ਕੌਰ ਤੁਸੀਂ ਕਿੱਥੋਂ ਜੀ ਮੈਂ ਤਰਨਤਾਰਨ ਤੋਂ ਤੁਹਾਡੇ ਕੋਲ ਕਿਹੜੇ ਸਬਜੈਕਟ ਨੇ ਜੀ ਪੋਲੀਟੀਕਲ ਇਲੈਕਟਿਵ ਪੰਜਾਬੀ ਪੋਲੀਟੀਕਲ ਸਾਇੰਸ ਜੀ ਹਾਂਜੀ ਓਕੇ ਜੀ ਓਕੇ 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 ਕੀ ਸ਼ੌਂਕ ਨੇ ਤੁਹਾਡੇ ਕੀ ਪਰਫਾਰਮ ਕਰੋਗੇ ਭੰਗੜਾ ਓਕੇ ਦੋਨੋਂ ਜਣੇ ਹਾਂਜੀ ਚਲੋ ਜ਼ੋਰਦਾਰ ਤਾੜੀਆਂ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਵਧੀਆ ਡਾਂਸ ਆਓ ਜੀ ਆਓ ਬੱਚਿਆਂ ਦੇ ਵਿੱਚ ਬਹੁਤ ਵਧੀਆ ਟੈਲੈਂਟ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹਰਮਨ ਜੀ ਕਿੱਥੋਂ ਜੀ ਤਰਨ ਤਾਰਨ ਤੋਂ ਤੁਸੀਂ ਕਿਹੜੀ ਕਲਾਸ ਪੜ੍ਹਦੇ BSc ਫੈਸ਼ਨ ਡਿਜ਼ਾਈਨਿੰਗ ਤੁਹਾਡਾ ਕੀ ਨਾਮ ਜੀ ਮੇਰਾ ਨੇਮ ਗੁਰਲੀਨ ਕੌਰ ਅੱਛਾ ਜੀ ਕਿੱਥੋਂ ਜੀ ਤਰਨ ਤਾਰਨ ਤੋਂ ਅੱਛਾ ਕੌਣ ਕੌਣ ਘਰੇ ਮੰਮੀ ਪਾਪਾ ਜੀ ਕੋਣੋ ਵੱਡੇ ਆਪਣੇ ਤੋਂ ਮੰਮੀ ਜੀ ਪਾਪਾ ਜੀ ਚਾਚੀ ਜੀ ਵਿਦ ਸਿਸਟਰ ਹਾਂਜੀ ਸਿਸਟਰ ਅੱਛਾ ਜੀ ਸਾਰੇ ਠੀਕ ਠਾਕ ਹਾਂਜੀ ਸਭ ਵਧੀਆ ਕੀ ਸ਼ੌਂਕ ਨੇ ਤੁਹਾਡੇ ਮੇਰਾ ਸ਼ੌਂਕ ਪੇਂਟਿੰਗ ਕਰਨਾ ਅੱਛਾ ਜੀ ਬਹੁਤ ਵਧੀਆ ਤੁਹਾਡੇ ਸ਼ੌਂਕ ਜੀ ਮੇਰਾ ਵੀ ਆਰਟ ਐਂਡ ਕਰਾਫਟ ਪੇਂਟਿੰਗ ਕਰਨਾ ਓਕੇ ਇਹ ਲਾਈਨ ਕਿਉਂ ਚੁਣੀ ਜੀ ਨਹੀਂ ਲਾਈਨ ਨਹੀਂ ਚੁਣੀ ਮੇਰੇ ਸ਼ੌਂਕ ਨੇ ਨਹੀਂ ਤੁਸੀਂ ਫੈਸ਼ਨ ਡਿਜ਼ਾਈਨਿੰਗ ਵਾਲੀ ਅੱਛਾ ਜਿਹੜੀ ਜਿੱਥੇ ਪੜ੍ਹਾਈ ਹੈ ਕਿਉਂਕਿ ਮੇਰਾ ਸ਼ੌਂਕ ਹੀ ਇੰਟਰਸਟ ਹੈਗਾ ਇਹਦੇ ਵੱਲ ਇਸ ਕਰਕੇ ਹਾਂਜੀ ਪਹਿਲਾਂ ਵੀ ਗਿਆ ਤੁਸੀਂ ਕਿੱਥੋਂ ਸਿੱਖ ਕੇ ਇੱਧਰ ਨੂੰ ਆਏ ਹਾਂਜੀ ਮੇਰੇ ਮਦਰ ਕਰਦੇ ਨੇ ਓਕੇ ਚਲੋ ਬਹੁਤ ਵਧੀਆ ਸਾਰੇ ਠੀਕ ਠਾਕ ਘਰੇ ਹਾਂਜੀ ਵਧੀਆ ਚਲੋ ਸਤਿ ਸ਼੍ਰੀ ਅਕਾਲ ਬੁਲਾਇਓ ਮੇਰੇ ਵੱਲੋਂ ਠੀਕ ਹੈ ਜੀ ਕੀ ਸੁਣਾਓਗੇ ਕੁਝ ਸੁਣਾਉਣਾ ਵੀ ਹੈ ਹਾਂਜੀ ਕੀ ਸੁਣਾਉਣਾ ਜੀ ਪਹਿਲੇ ਸਾਡੇ ਵੱਲੋਂ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਤੋਹਫਾ ਥੈਂਕ ਯੂ ਸੋ ਮੱਚ ਕੀ ਸੁਣਾਓਗੇ ਅਸੀਂ ਟੱਪੇ ਬੋਲਨੇ ਟੱਪੇ ਕੋਠੇ ਤੇ ਖਲੋ ਮਾਈਆਂ ਲੋਕਾਂ ਪਾਣੇ ਚੰਨ ਚੜਿਆ ਸਾਨੂੰ ਤੇਰੀ ਲੋ ਮਾਇਆ ਲੋਕਾਂ ਪਾਣੇ ਚੰਨ ਚੜਿਆ ਸਾਨੂੰ ਤੇਰੀ ਲੋ ਮਾਇਆ ਪਾਣੀ ਵਿੱਚ ਜੋ ਕਾਹਨ ਹੈ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜੁੱਤੀ ਦੀਆਂ ਨੋਕਾਂ ਨੇ
जिन्ना पिछे तू फिर साड़ी जुत्ती दिया नोका ने गल गानी पंज दाने गल गानी पंज दाने मेरा दिल तेरे ते तेरे दिल दिया रब जाने मेरा दिल तेरे ते तेरे दिल दिया रब जाने की ना तोड़ा कोमलप्रीत कौर कोमल जी तोड़ा की ना जी प्रभजोत तुसी किड़ी क्लास पढ़दे बीए सेकंड सेम बीए सेकंड सेम कर दे ठीक ठाक जी कौन कौन घर परिवार च मम्मी पापा ब्रो मेरा ते सिस्टर मम्मी पापा ब्रो बड़ी अंग्रेजी वाल गए तुसी वेरी गुड की पेश करोगे पंगड़ा चक दो फटे माता गंगा गर्ल्स कॉलेज तरन तरन च इधर रोड़क लगती रहनगियां हूं वक्त एक छोटे जे ब्रेक का तुम कितने नहीं जाना मिलते हैं जी एक छोटे जे ब्रेक तो बाद एक बार फिर जी आई नू कंटिन्यू मडीर शो के तरन तरन रौनक लगी हुई ने माता गंगा गर्ल्स कॉलेज बच्चों के बहुत टैलेंट हौली हौली करके कॉन्फिडेंस लैवल भी उपर जा रहा है गल्ला बातें करते हैं आओ जी सत श्रीकाल सत श्रीकाल जी की नाम थोड़ा हरमन हरमन ਕਿਹੜੀ ਕਲਾਸ ਪੜ੍ਹਦੇ ਜੀ MSCIT ਓਕੇ ਜੀ ਕੀ ਏਮ ਹੈ ਜੀ ਜ਼ਿੰਦਗੀ ਦਾ IT ਇੰਡਸਟਰੀ ਚ ਜਾਣਾ ਓਕੇ ਪਰਿਵਾਰ ਚ ਕੌਣ ਕੌਣ ਤੁਹਾਡੇ ਮੰਮਾ ਜੀ ਆ ਪਾਪਾ ਆ ਤੇ ਭਰਾ ਆ ਓਕੇ ਡੈਡ ਕੀ ਕਰਦੇ ਨੇ ਜੀ ਪਾਪਾ ਫਾਰਮਰ ਆ ਚਲੋ ਖੇਤੀਬਾੜੀ ਜਿਹੜਾ ਕਰਕੇ ਸੀ ਤੁਰੇ ਫਿਰਦੇ ਆ ਸਾਰੇ ਵਾਹ ਅੰਨਦਾਤਾ ਹਾਂਜੀ ਚਲੋ ਜ਼ੋਰਦਾਰ ਉਹਨਾਂ ਨੂੰ ਹਮੇਸ਼ਾ ਹੀ ਸਲੂਟ ਉਹਨਾਂ ਲਈ ਜ਼ੋਰਦਾਰ ਤਾੜੀਆਂ ਜ਼ਰੂਰ ਉਹਨਾਂ ਨੂੰ ਜ਼ਰੂਰ ਫਤਿਹ ਬੁਲਾਇਓ ਮੇਰੀ ਸਤਿਗੁਰੂ ਗੱਲ ਬੁਲਾਇਓ ਠੀਕ ਹੈ ਕੀ ਸੁਣਾਉਂਗੇ मैं ताड़े लिए दो लाइना पेश करूंगी जी जी हर फूल आपको अरमान दे हर फूल आपको अरमान दे हर सूरज की किरण आपको सलाम दे हर सूरज की किरण आपको सलाम दे निकले आंसू आपकी आंखों से निकले आंसू आपकी आंसू ना निकले तो खुदा आपको दुगनी स्माइल दे अच्छा अच्छा आंसू निकले ना जी हां जी हां जी ठीक है रब करे मनाता नु कदी दो बहुत बढ़िया थैंक यू सो मच आओ प्रधान साहब महापुरुषो आओ सत्रीकाल बुलाते होंगे ताड़े के नहीं सत्रीकाल जी सत्रीकाल ठीक कैप ठीक है पूरा टॉट टप्पा पूरा ओके काम माइक नेड़े कर लो की ना जी गुरबीर कौर अच्छा जी कितों जी तरन तारन तो अच्छा किन्नी दूर है इतों लागे ही जी कोलिया कोलिया हाँ जी ਕਿੰਨੀ ਕੋਲ ਆ ਨਹੀਂ ਪੁੱਛ ਲਈ ਕਾਲੇ ਕਾਤੇ ਹੁੰਦੇ ਬੱਸੇ ਹੁੰਦੇ ਨਹੀਂ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਬੱਲੇ 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 ਆਪ ਚਲਾਉਂਦੇ ਮੋਟਰਸਾਈਕਲ ਹਾਂਜੀ ਹੈਂਜੀ ਕਿ ਮੋਟਰਸਾਈਕਲ ਤੁਹਾਨੂੰ ਚਲਾਉਂਦਾ ਬੱਲੇ 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 ਕਿਹੜਾ ਮੋਟਰਸਾਈਕਲ ਰੱਖਿਆ ਜੀ ਸਪਲੈਂਡਰ ਪਲੱਸ ਸਪਲੈਂਡਰ ਪਲੱਸ ਯਾਰ ਗੱਲ ਕਰ ਗੱਲ ਵਾਹ ਜੀ ਵਾਹ ਵਾਹ ਜੀ ਕਿੰਨਾ ਟਾਈਮ ਲੱਗਦਾ ਘਰ ਆਉਣ ਤੇ ਸਪਲੈਂਡਰ ਤੇ 15 ਮਿੰਟ 15 ਮਿੰਟ ਕਿੰਨੀ ਸਪੀਡ ਤੇ ਆਉਂਦੇ ਮਹਾਰਾਜ 60-70 ਤੇ ਆਈ ਜਾਂਦੀ ਓ ਬਾ ਗੁਰੂਆ ਕਮਾਲ ਕਰ ਛੱਡੇ ਠੀਕ ਹੈ ਕੰਮ ਕਿੰਨੇ ਦਾ ਤੇਲ ਬਾਲ ਛੱਡਦੇ ਫਿਰ 200-250 ਦਾ ਹੀ ਬਸ ਨਿਤ ਡੇਲੀ 250 ਦਾ ਤੇਲ ਅੱਛਾ
ਐਵਰੇਜ ਘੱਟ ਦੇ ਇੰਡੀਆ ਸਪਲੈਂਡਰ ਉਹ ਵੀ ਬੰਦਾ ਵੇਖ ਕੇ ਦਿੰਦਾ ਨਾ ਐਵਰੇਜ ਚਲੋ ਬਹੁਤ ਵਧੀਆ ਖਿੱਚ ਕੇ ਰੱਖੋ ਕੰਮ ਖਿੱਚ ਕੇ ਕੀ ਸ਼ੌਂਕ ਹੈ ਤੁਹਾਡੇ ਮਿਊਜ਼ਿਕ ਅੱਛਾ ਸੁਣਾਓਗੇ ਕੁਛ ਹਾਂਜੀ ਸੁਣਾਓ ਫਿਰ ਘਰੇ ਕੌਣ ਕੌਣ ਤੁਹਾਡੇ ਮੰਮੀ ਜੀ ਪਾਪਾ ਜੀ ਸਿਸਟਰ ਤੇ ਬ੍ਰਦਰ ਅੱਛਾ ਜੀ ਮੈਂ ਜੀ ਸਾਰੇ ਠੀਕ ਜੀ ਨਾਨਕੇ ਕਿੱਥੇ ਤੁਹਾਡੇ ਨਾਨਕੇ ਅਟਾਰੀ ਬਾਰਡਰ ਤੇ ਉਹ ਪਰਾਂ ਪਾਕਿਸਤਾਨ ਨੇੜੇ ਹਾਂਜੀ ਵਧੀਆ ਵਧੀਆ ਗਏ ਉੱਥੇ ਜਿੱਥੇ ਤਾਰਾਂ ਹੁੰਦੀ ਉੱਥੇ ਉੱਥੇ ਗਏ ਕਦੇ ਤਾਰਾਂ ਲੱਗ ਗਏ ਨਹੀਂ ਨਹੀਂ ਪਾਰ ਨਹੀਂ ਵੈਸੇ ਇੱਧਰ ਨਹੀਂ ਗਏ ਪਿੰਡ ਕਿਹੜਾ ਵੈਸੇ ਉਹਨਾਂ ਦਾ ਡੰਡੇ ਪਿੰਡ ਡੰਡੇ ਪਿੰਡ ਨਾਨਕੇ ਤੁਹਾਡੇ ਹੈ ਹਾਂਜੀ ਓਕੇ 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 ਕੌਣ ਕੌਣ ਰਹਿੰਦਾ ਉੱਥੇ ਡੰਡੇ ਪਿੰਡ ਨਾਨੀ ਨਾਨੂ ਤੇ ਮਾਮਾ ਜੀ ਤੇ ਮਾਮੀ ਜੀ ਅੱਛਾ ਜੀ ਅੱਛਾ ਜੀ ਤੁਸੀਂ ਫਿਰ ਕਿੱਥੇ ਕਿੱਥੇ ਜਾਂਦੇ ਹੁੰਦੇ ਸਪਲੈਂਡਰ ਤੇ ਇਕੱਲੇ ਚੱਲ ਜਾਂਦੇ ਹੁੰਦੇ ਨਹੀਂ ਮੰਮਾ ਨਾਲ ਹੀ ਜਾਂਦੇ ਅੱਛਾ ਮੰਮਾ ਪਿੱਛੇ ਬਿਠਾ ਤੁਸੀਂ ਪਿੱਛੇ ਬਿਠਾਉਂਦੇ ਮੰਮਾ ਨੂੰ ਹਾਂਜੀ ਆਪ ਸਪਲੈਂਡਰ ਚਲਾਉਂਦੇ ਕਿੱਧਰ ਜਾਂਦੇ ਹੁੰਦੇ ਫਿਰ ਨਾਨਕੇ ਹੀ ਅਟਾਰੀ ਹਾਂਜੀ ਆਹ ਕਿੰਨਾ ਟਾਈਮ ਲੱਗਦਾ ਫਿਰ ਇੱਥੋਂ ਅੱਧਾ ਘੰਟਾ ਅੱਧਾ ਘੰਟਾ ਅੱਜ ਸਵੇਰੇ ਕੀ ਖਾਧਾ ਅੱਜ ਕੁਝ ਨਹੀਂ ਉਹ ਸਾਰਾ ਪੈਸਾ ਤੇ ਤੇਲ ਤੇ ਲੱਗ ਜਾਂਦਾ ਤੁਹਾਡੇ ਜਿਹੜਾ ਸਪਲੈਂਡਰ ਰੱਖਿਆ ਵੇ ਰਾਤ ਕੀ ਬਣਾਏ ਘਰੇ ਰਾਤ ਆਲੂ ਮਟਰ ਆਲੂ ਮਟਰ ਕਿੰਨੇ ਫੁਲਕੇ ਛਕੇ ਨਾਲ ਦੋ ਬਸ ਵਧੀਆ ਵਧੀਆ ਨਾਲ ਕੋਈ ਸਲਾਦ ਕੋਈ ਰਾਇਤਾ ਕੋਈ ਦਹੀਂ ਖੀਰੇ ਖਾਦੇ ਹੀ ਖਿੱਚ ਕੇ ਰੱਖੋਗਾ ਮੈਂ ਆਪ ਵੀ ਬਣਾਉਂਦੇ ਰੋਟੀ ਪਾਣੀ ਨਹੀਂ ਮੈਂ ਕਦੀ ਬਣਾਏਗੀ ਅੱਛਾ ਕਦੇ ਨਹੀਂ ਰਸੋਈ 'ਚ ਵੜੇ ਰਸੋਈ 'ਚ ਵੜੇ ਹੀ ਨਹੀਂ ਕਦੇ ਬਾਈਪਾਸ ਵੜੇ ਆ ਭਾਂਡੇ ਧੋਣ ਵਾਸਤੇ ਅੱਛਾ ਭਾਂਡੇ ਧੋ ਲੈਂਦੇ ਤੁਸੀਂ ਚਲੋ ਐ ਵੀ ਮੰਮੀ ਨਾਲ ਕੰਮ ਤੁਸੀਂ ਹੱਥ ਵਟਾਉਂਦੇ ਜੇ ਹਾਂਜੀ ਚਲੋ ਚਲੋ ਕੀ ਸੁਣਾਓਗੇ ਸੌਂਗ ਸੁਣਾਓ ਸੁਣਾਓ ਬਾਵਾ ਮਿੱਟੀ ਦਾ ਬਣਾਉਣੀਆ ਬਾਵਾ ਮਿੱਟੀ ਦਾ ਬਣਾਉਣੀਆ ਉਹਨੂੰ ਤੇਰੀ ਪੱਗ ਬਣ ਕੇ ਦੁੱਖ ਦਿਲ ਦਾ ਸੁਣਾਉਣੀਆ ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ ਮੇਰੀ ਗੱਲ ਸੁਣ ਲੈਂਦਾ ਦੁੱਖ ਆਪਣੇ ਫਰੋਲਦਾ ਹੀ ਨਹੀਂ ਹੋ ਦੁੱਖ ਆਪਣੇ ਫਰੋਲਦਾ ਹੀ ਨਹੀਂ ਅਮਨਦੀਪ ਕੌਰ ਓਕੇ ਤੁਸੀਂ ਕੀ ਪਰਫਾਰਮ ਕਰੋਗੇ ਮੈਂ ਸੌਂਗ ਮੇਰੇ ਫਰੈਂਡਸ ਨਾਲ ਅੱਛਾ ਕਿੱਥੇ ਰਹਿੰਦੇ ਤੁਸੀਂ ਮੈਂ ਤਰਨਤਾਰਨ ਜ਼ਿਲ੍ਹੇ ਵਿੱਚ ਪਿੰਡ ਆ ਪੰਡੋਰੀ ਤਖਤਮਲ ਓਕੇ ਇੱਥੋਂ ਕਿੰਨੀ ਦੂਰ ਜੀ ਇਹ ਨਹੀਂ ਪਤਾ ਆਉਂਦੇ ਕਿਵੇਂ ਫਿਰ ਪੱਟੀ ਬਣ ਕੇ ਐਕਟਿਵਾ ਤੇ ਆਉਂਦੇ ਆ ਕਿੰਨਾ ਟਾਈਮ ਲਾਦਾ 15 ਤੋਂ 20 ਮਿੰਟ ਅੱਛਾ ਜੀ ਚਲੋ ਧਿਆਨ ਨਾਲ ਚਲਾਇਆ ਕਰੋ ਹਾਂਜੀ ਚੜ੍ਹਦੀ ਕਲਾ ਚ ਰਹੋ ਕੌਣ ਨਾਲ ਨਾਲ ਵੀ ਆਉਂਦਾ ਕੋਈ ਕਿ ਇਕੱਲੇ ਹੀ ਆਉਂਦੇ ਤੁਸੀਂ ਸਿਸਟਰ ਆ ਮੇਰੇ ਉਹ ਪਹਿਲਾਂ ਆਏ ਸੀਗੇ ਓਕੇ 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 ਇੱਕੋ ਪਿੰਡ ਤੋਂ ਦੇ ਸਿਸਟਰ ਆ ਮੇਰੇ ਅੱਛਾ ਅੱਛਾ ਰੀਅਲ ਸਿਸਟਰ ਆ ਹਾਂਜੀ ਕਿਉਂ ਮੈਂ ਕਈ ਵਾਰੀ ਨਾਲ ਦੇ ਘਰਾਂ 'ਚ ਹੁੰਦੇ ਨਾ ਉਹਨੂੰ ਸਿਰਫ ਨਹੀਂ ਰੀਅਲ ਸਿਸਟਰ ਆ ਰੀਅਲ ਸਿਸਟਰ ਚਲੋ ਬਹੁਤ ਵਧੀਆ ਦੋਵੇਂ ਭੈਣਾਂ ਖੁਸ਼ ਰਹਿਣ ਥੈਂਕ ਯੂ ਤੰਦਰੁਸਤ ਰਹਿਣ ਕੀ ਸੁਣਾਓਗੇ ਸੌਂਗ ਸੁਣਾਵਾਂਗੇ ਫਰੈਂਡਸ ਨਾਲ ਸੁਣਾਓ ਅੰਮ੍ਰਿਤਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ ਅੰਮ੍ਰਿਤਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ ਤੂੰ ਕਰੇ ਨਾ ਆਕੜ ਵੇ ਮੈਂ ਸਹਿੰਦੀ ਨਾ ਛਣਾ ਛਣਕ ਤੇਰੀ ਪੋਤੀ ਮੇਰੇ ਹੱਥ ਮੇਰੀ ਗੁੱਤ ਤੇਰੇ ਹੱਥ ਜੇ ਤੂੰ ਰੱਖਣਾ ਏ ਰੱਖ ਜੇ ਤੂੰ ਕੱਟਣਾ ਏ ਕੱਟ ਮਈਓ ਤੇਰੇ ਨਾਲ ਵਸੀਆਂ ਵੇ ਹੋਰ ਕੋਈ ਵਸਦੀ ਵੀ ਨਾ ਮਈਓ ਤੇਰੇ ਨਾਲ ਕੱਟੀਆਂ ਵੇ ਹੋਰ ਕੋਈ ਕੱਟੇ ਵੀ ਨਾ ਅੰਮ੍ਰਿਤਸਰੇ ਦੇ ਛੋਲੇ ਵੀ ਮੈਂ ਖਾਂਦੀ ਨਾ ਅੰਮ੍ਰਿਤਸਰੇ ਦੇ ਛੋਲੇ ਵੀ ਮੈਂ ਖਾਂਦੀ ਨਾ ਤੂੰ ਤੜਾ ਤੜ ਬੋਲੇ ਵੀ ਮੈਂ ਸਹਿੰਦੀ ਨਾ ਛਣਾ ਛਣਕ ਤੇਰੀ ਬੋਲੀ ਮੇਰੇ ਹੱਥ ਮੇਰੀ ਗੁੱਤ ਤੇਰੇ ਹੱਥ ਜੇ ਤੂੰ ਰੱਖਣਾ ਏ ਰੱਖ ਜੇ ਤੂੰ ਕੱਟਣਾ ਏ ਕੱਟ ਮਈਓ ਤੇਰੇ ਨਾਲ ਵਸੀਆਂ ਵੇ ਹੋਰ ਕੋਈ ਵਸੇ ਵੀ ਨਾ ਮਈਓ ਤੇਰੇ ਨਾਲ ਕੱਟੀਆਂ ਵੇ ਹੋਰ ਕੋਈ ਕੱਟੇ ਵੀ ਨਾ ਥੈਂਕ ਯੂ ਬਹੁਤ ਵਧੀਆ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਕਿਰਨਦੀਪ ਕੌਰ ਕਿੱਥੋਂ ਜੀ ਮੈਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਆ ਪੰਡੋਰੀ ਰਾਮ ਸਿੰਘ ਓਕੇ ਕੀ ਸ਼ੌਂਕ ਨੇ ਤੁਹਾਡੇ ਮੇਰਾ ਡਾਂਸ ਅੱਛਾ ਚਲੋ ਚੱਕ ਦੋ ਫੋਟੇ
ਹੁਣ ਬਸ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਕਿਤੇ ਨਾ ਜਾਇਓ, ਮਿਲਦੇ ਆ ਜੀ ਇੱਕ ਛੋਟੇ ਜਿਹੇ। ਇੱਕ ਤੋਂ ਬਾਅਦ ਨਿੱਗੀ ਜੀ ਆਏ ਨੂੰ ਕੰਟੀਨੀ ਮੰਡੀਰ ਦੇ ਵਿੱਚ ਤਰਨ ਤਾਰਨ ਰੌਣਕਾਂ ਲੱਗੀਆਂ ਹੋਈਆਂ ਨੇ, ਅਗਲੇ ਬੱਚੇ ਨੂੰ ਸੱਦਾ ਦਿੰਦੇ ਹਾਂ, ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਂ ਤੁਹਾਡਾ? ਸੁਮਨਪ੍ਰੀਤ ਕੌਰ। ਸੁਮਨ, ਹਾਂਜੀ। ਕੀ ਸ਼ੌਂਕ ਨੇ ਤੁਹਾਡੇ? ਸਿੰਗਿੰਗ ਤੇ ਟਰੈਵਲਿੰਗ। ਕੀ ਸੁਣਾਓਗੇ? ਟਰੈਵਲਿੰਗ ਵੀ? ਕਿੱਥੇ ਕਿੱਥੇ ਘੁੰਮੇ? ਕਿਤੇ ਨਹੀਂ, ਪਰ ਇਸੇ ਲਈ ਸ਼ੌਂਕ ਆ। ਓਕੇ ਓਕੇ, ਸੁਣਾਓ ਫਿਰ, ਪਰਮਾਤਮਾ ਤੁਹਾਡੇ ਸ਼ੌਂਕ ਪੂਰੇ ਕਰ, ਤੁਸੀਂ ਘੁੰਮੋ ਫਿਰੋ। ਇਹ ਸੌਂਗ ਮੈਂ ਆਪਣੀ ਮੰਮਾ ਲਈ ਬੋਲਣ ਲੱਗੀ। ਵਾਹ ਜੀ ਵਾਹ, ਪਲੀਜ਼ ਪਲੀਜ਼ ਪਲੀਜ਼, ਆਓ ਜੀ ਆਓ। ਕਦੇ ਲਾਟੋ ਕਦੇ ਕਮਲੀ ਤੇ ਪੁੱਤ ਨੂੰ, ਰੀਚਾ ਲਾ ਲਾ ਕੇ ਗੁੰਦੀ ਮੇਰੀ ਗੁੱਤ ਨੂੰ, ਦੁੱਧ ਦਾ ਗਲਾਸ ਚੱਕੀ ਫਿਰਨਾ, ਮੇਰਾ ਸ਼ੇਰ ਬੱਚਾ ਪੀ ਬਣ ਕੇ, ਲਾਵੀ ਉਹ ਤੇਰੇ ਨਾ ਬੇਬੇ ਮੇਰੀ ਏ, ਮੈਂ ਸੁੱਖ ਮਾਣਾ ਤੇਰੀ ਧੀ ਬਣ ਕੇ, ਲਾਵੀ ਉਹ ਤੇਰੇ ਨਾ ਬੇਬੇ ਮੇਰੀ ਏ, ਮੈਂ ਸੁੱਖ ਮਾਣਾ ਤੇਰੀ ਧੀ ਬਣ ਕੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਸਪਲੈਂਡਰ ਰੱਖਿਆ? ਮੈਂ ਕਿਹਾ ਕੱਪੜੇ ਸੇਮ ਹੀ ਨਾ, ਮੈਂ ਸ਼ਾਇਦ ਤੁਸੀਂ ਵੀ। ਤੁਸੀਂ ਕਿਹੜਾ ਮੋਟਰਸਾਈਕਲ ਰੱਖਿਆ ਜੀ? ਸਰ ਮੇਰੇ ਕੋਲ ਐਕਟਿਵਾ ਹੀ ਆ। ਹੈਂਜੀ, ਐਕਟਿਵਾ ਐਕਟਿਵਾ, ਚਲੋ ਬਹੁਤ ਵਧੀਆ। ਕੀ ਨਾਂ ਤੁਹਾਡਾ? ਮਨਦੀਪ ਕੌਰ। ਕਿੱਥੋਂ ਜੀ? ਸਰ ਨੋਨੇ ਪਿੰਡ ਤੋਂ। ਨੋਨੇ ਪਿੰਡ ਤੋਂ? ਯੈਸ ਸਰ। ਅੱਛਾ, ਨੋਨੇ ਹੀ ਸਾਰੇ ਉੱਥੇ? ਹਾਂਜੀ ਸਰ। ਨੋਨੇ ਨੋਨੇ ਜੇ ਹੈ? ਹਾਂਜੀ। ਓਕੇ ਓਕੇ, ਕਿੱਥੇ ਪੈਂਦਾ ਹੈ ਨੋਨੇ ਪਿੰਡ? ਸਰ ਜੰਡਿਆਲੇ ਵਾਲੀ ਸਾਈਡ। ਓਕੇ, ਪਰਿਵਾਰ ਚ ਕੌਣ ਕੌਣ ਜੀ? ਮੰਮੀ ਪਾਪਾ ਦੋ ਸਿਸਟਰਸ ਇੱਕ ਬ੍ਰਦਰ। ਚਲੋ ਠੀਕ ਠਾਕ ਕਰਦੇ? ਯੈਸ ਸਰ। ਚਲੋ, ਸਤਿ ਸ਼੍ਰੀ ਅਕਾਲ ਬੁਲਾਇਓ ਮੇਰੇ ਵੱਲੋਂ। ਹਾਂਜੀ ਜੀ। ਕੀ ਸੁਣਾਓਗੇ? ਸਰ ਗੀਤ ਗਣਾਓ। ਤੇਰਾ ਸੂਟ ਪੰਜਾਬੀ, ਤੇਰਾ ਸੂਟ ਪੰਜਾਬੀ ਕੱਢਵੀ ਜੁੱਤੀ ਪੱਬਦੀ ਏ, ਤੇਰੇ ਵਰਗੀ ਅੱਜ ਕੱਲ ਟਾਵੀ ਟਾਵੀ ਲੱਭਦੀ ਏ, ਤੇਰਾ ਸੂਟ ਪੰਜਾਬੀ ਕੱਢਵੀ ਜੁੱਤੀ ਪੱਬਦੀ ਏ, ਤੇਰੇ ਵਰਗੀ ਅੱਜ ਕੱਲ ਟਾਵੀ ਟਾਵੀ ਲੱਭਦੀ ਏ, ਨੀ ਤੂੰ ਧਰਤੀ ਦੀ ਨਹੀਂ ਅਰਸ਼ੋਂ ਆਈ ਪਰਾਉਣੀ ਲੱਗਦੀ ਏ, ਨੀ ਪਰਾਉਣੀ ਲੱਗਦੀ ਏ, ਜਦੋਂ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ, ਜਦੋਂ ਸਿਰ ਤੇ ਲਵੇਂ ਦੁਪੱਟਾ ਨੀ ਬਹੁਤੀ ਸੋਹਣੀ ਲੱਗਦੀ ਏ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਗੁਰਪ੍ਰੀਤ। ਗੁਰਪ੍ਰੀਤ, ਤੁਸੀਂ ਕਿੱਥੋਂ ਜੀ? ਮੈਂ ਦਿਆਲਪੁਰ ਤੋਂ। ਇੱਥੇ ਕਿਹੜੀ ਕਲਾਸ ਪੜ੍ਹਦੇ? ਮੈਂ ਬੀਏ 6th ਸੈਮ ਚ। ਓਕੇ, ਕਿਹੜੇ ਕਿਹੜੇ ਸਬਜੈਕਟ ਰੱਖੇ ਤੁਸੀਂ? ਇਲੈਕਟਿਵ ਇੰਗਲਿਸ਼, ਇਕਨੋਮਿਕਸ ਤੇ ਪੋਲੀਟੀਕਲ ਸਾਇੰਸ। ਸਭ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ? ਸਾਰੇ ਹੀ। ਫਿਰ ਵੀ? ਸਾਰੇ ਵਧੀਆ। ਨੰਬਰ ਕਾਹਦੇ ਜ਼ਿਆਦਾ ਆਉਂਦੇ ਆ? ਪੋਲੀਟੀਕਲ ਸਾਇੰਸ ਚ। ਪੋਲੀਟੀਕਲ ਸਾਇੰਸ ਦੇ ਵਿੱਚ? ਓਕੇ, ਕਿੰਨੀਆਂ ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ? 118। ਹੈਂਜੀ, 118। 118 ਜਿੱਤ ਗਈ ਆ। ਟੋਟਲੀ 117 ਵਿਧਾਨ ਸਭਾ ਦੀਆਂ, 118 ਕਿਵੇਂ ਜਿੱਤ ਜਾਣਗੇ? ਟੋਟਲ ਵਿਧਾਨ ਸਭਾ ਦੀਆਂ ਸੀਟਾਂ 117। ਹਾਂਜੀ, 120 ਜਿੱਤੀ ਹੋਣੀ ਫਿਰ। 120 ਕਿਵੇਂ ਜਿੱਤ ਗਈ ਹੈ? ਵਾਹ ਜੀ ਵਾਹ ਵਾਹ, ਤੁਸੀਂ ਵੀ ਸਾਰਾ ਜ਼ੋਰ ਟਿੱਕੇ ਜਿਹੇ ਦੇ ਲਾ ਛੱਡਿਆ। ਟੋਟਲ 92 ਸੀਟਾਂ ਜਿੱਤੇ ਨੇ। ਹਾਂਜੀ ਸਰ, ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ 92 ਸੀਟਾਂ ਜਿੱਤੀਆਂ। ਕਿੰਨੀਆਂ? 92। 92। ਹਾਂਜੀ, ਤੁਹਾਡੇ ਪੋਲੀਟੀਕਲ ਸਾਇੰਸ ਦੇ ਨੰਬਰ ਆਉਂਦੇ। ਵਾਹ ਜੀ ਵਾਹ। ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਪੰਜਾਬ ਦੀਆਂ? ਪਤਾ ਨਹੀਂ। ਅੱਛਾ ਜੀ, ਪੰਜਾਬ ਦੀਆਂ 13 ਸੀਟਾਂ ਜੀ ਲੋਕ ਸਭਾ ਦੀਆਂ। ਹਾਂਜੀ, ਠੀਕ ਠੀਕ ਹੈ ਜੀ। ਮੁੱਖ ਮੰਤਰੀ ਕਿਹੜੇ ਨੇ ਆਪਣੇ? ਪਤਾ ਨਹੀਂ। ਤੁਹਾਨੂੰ ਮੁੱਖ ਹੁਣੇ ਜ਼ੋਰ ਲਾ ਛੱਡਿਆ ਵਿਚਾਰੇ ਨੇ। ਭਗਵੰਤ ਮਾਨ। ਭਗਵੰਤ ਸਿੰਘ ਮਾਨ, ਉਹ ਐਡੀ ਮਿਹਨਤ ਕੀਤੀ ਉਹਨਾਂ ਨੇ। ਸਿੱਖਿਆ ਮੰਤਰੀ ਕਿਹੜੇ ਆ ਪੰਜਾਬ ਦੇ? ਉਹ ਵੀ ਨਹੀਂ ਪਤਾ। ਸਿੱਖਿਆ ਮੰਤਰੀ ਵੀ ਨਹੀਂ ਪਤਾ? ਤੁਸੀਂ ਪੋਲੀਟੀਕਲ ਸਾਇੰਸ ਕਿਵੇਂ ਰੱਖਿਆ ਫਿਰ? ਉਹ ਹੈਗੇ ਨੇ ਗੁਰਮੀਤ ਸਿੰਘ ਮੀਥੇਰ। ਹਾਂਜੀ, ਕਿਹੜੇ ਜੀ? ਗੁਰਮੀਤ ਸਿੰਘ, ਇਹਨਾਂ ਨੂੰ ਪਤਾ ਜੀ। ਚਲੋ ਬਹੁਤ ਵਧੀਆ, ਤੰਦਰੁਸਤ ਰਹੋ, ਪੜ੍ਹ ਵੀ ਲਿਆ ਕਰੋ, ਬਾਬਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਚਲੋ ਜੀ, ਬਹੁਤ ਬੱਚਿਆਂ ਦੇ ਵਿੱਚ ਐਨਰਜੀ, ਬਹੁਤ ਬੱਚਿਆਂ ਦੇ ਵਿੱਚ ਕੌਨਫੀਡੈਂਸ ਲੈਵਲ। ਸੋ ਹੁਣ ਇੱਥੋਂ ਦੀ ਵਿਦਿਆਰਥਣਾਂ ਦਾ ਅਸੀਂ ਦੇਖਾਂਗੇ ਭੰਗੜਾ।
बहुत लाजवाब, बहुत एनर्जेटिक और बच्चों के बहुत कॉन्फिडेंस, बहुत प्यारा जहा डांस, बहुत एनर्जी। एक बार जोरदार ताड़ियाँ अपने लिए। अगे वधदे हां जी, असी भंगड़ा देखिया विद्यार्थियों का, हुण वारी है जी गिद्धे की। जे भंगड़ा होवे ते गिद्धा क्यों ना होवे, सो इन्हां ने गिद्धा भी तैयार किया। आओ आनंद माणदे हां गिद्धे दा। वक्त एक छोटे जिहा ब्रेक का, तुसीं कितने ना जायो, मिलते हैं जी एक छोटे जिहे। स्वागत है जी कंटीन्यूम डीर के विद्यार्थियों ना, इतों दच्चियों का असी गलबात की, उन्होंने परफॉर्मेंसिस भी इंजॉय की। हूँ वक्त है इतों के जे प्रोफेसर साहबान ने, प्रिंसिपल मैम खड़े ने, उन्होंने गलबात करिए। तरन तारण च रौनक लगियां ने। मैम सत श्रीकाल जी। सत श्रीकाल जी। थोड़ा शुभ नाम जी? इंदू बाला। इंदू मैम, तुम बधाई के पात्र हो, बच्चों के बहुत कॉन्फिडेंस लैवल बिल्डअप भी कर रहे हो, अगे जाके भी ये इतों पढ़ लिख के वधिया पदवियां ये हासिल कर, वधिया जगह से जा। डेफिनेटली डेफिनेटली साड़ियाँ विशेज एवं ने बच्चों वास्ते। सब तो पहले मैं तो अड्डा वॉर्म वेलकम कर दी हाँ साड़ी सारी टीम का, कि तुम साडे कॉलेज आन का सानू माण बख्श है। मेरे बच्चे बड़े खुश है, मेरे वास्ते यही अचीवमेंट है। थैंक यू जी। थैंक यू। आर यू हैप्पी? ये मेरी अचीवमेंट है जी, मेरे बच्चे खुश है जी। थैंक यू जी। तुसी केड़े संच एज अ प्रिंसिपल? नहीं, एज अ प्रिंसिपल आई ज्वाइन लास्ट ईयर ओनली। ओके जी। और मैं एज अ टीचर आई ज्वाइन इन 2002। 2002 तो बड़ा लंबा समा जी, बड़ा लंबा। years, वाह जी वाह, बहुत तजर्बा थोड़े कोल। कुछ स्नेहा साझा करना होवे जी देखने वाले नाल? अपने बच्चों वास्ते, अपने दर्शकों वास्ते, जिस प्लेटफॉर्म पे आप खड़े हैं, अपनी गवर्नमेंट वास्ते खास तौर पर तो स्नेहा देना चाहवागी कि एजुकेशन का जो लैवल आप अचीव कर रहे हैं, या एजुकेशन जिस प्लेटफॉर्म पर खड़ी है, वो बहुत सारे रिफॉर्म्स की जरूरत है। सरकार नू मेरा सुनेहा है कि असी एडिड कॉलेज, साडा एडिड कॉलेज है, गवर्नमेंट वालों सानू ग्रांट आती है, प्योर गवर्नमेंट नहीं है, तो लेकिन जिन्ना समस्यावां नाल आपां उलझ रहे हैं एडिड कॉलेजेस, सरकार का ध्यान डेफिनेटली मैं इस प्लेटफॉर्म राही दवाना चाहवागी कि काइंडली साड़िया आर्थिक, काइंडली साड़िया एडमिनिस्ट्रेटिव, काइंडली साड़िया इंफ्रास्ट्रक्चर, वटएवर जड़ियाँ प्रॉब्लम्स ने आप डिफरेंट प्लेटफॉर्म से शेयर करते हैं अपनी यूनियनस राही, अपन डिफरेंट डिफरेंट ऑर्गेनाइजेशन राही, प्लीज़ और प्लीज़ इन्हों में ध्यान दिता जाए, सो दैट कि आप सोसायटी, आप अपने बच्चों का जिन्हों का फ्यूचर बिल्डअप करने वास्ते आप रिसपोंसीबल रिसपोंसीबिलिटी लें और रिसपोंसीबल भी हाँ, उन्होंने असी वधिया तरीके एक प्लेटफॉर्म प्रोवाइड कर। बिल्कुल जी, बहुत वधिया सुनेहा, थैंक यू सो मच। जरूर यह मैसेज थोड़ा सरकारों तक भी पहुंचेगा, सरकार दरबारे जरूर हल भी होंगे, परमात्मा चढ़दी कला च रखे, कॉलेज दिन दुगनी रात चौगुनी तरक्की। तुहाडा की नाम जी? मेरा नाम अमरदीप कौर है। अच्छा, और मैं कॉमर्स की टीचर है। ओके जी। कितने लंबे समय तो इस कॉलेज नाल हो जी? नियर अबाउट 22 इयर्स। 22 साल? या। चलो, बहुत वड्डा तजुर्बा, बहुत वड्डा एक्सपीरियंस। हां जी बिल्कुल, इन्ना बच्चियां दे नाल ते इन्ने सालां दा ही तजुर्बा है। ठीक है। और कल्चरल इवेंट्स दे नाल भी असीं अपनी टीम दे तौर ते, यूथ वेलफेयर डिपार्टमेंट दे तौर ते
नाल मेरे हरप्रीत मैम ने म्यूजिक वाले और होर भी साडे जिहड़े मैंबर्स ने टीचर्स साहिबान वो सारे असी जुड़े रहे हैं बहुत वधिया और असी अपने यूनिवर्सिटी का जिहड़ा साडा यूथ फैसटिवल है उहदे च साडे कॉलेज दीआं टीम्स जिहड़ियां ने उह जांदियां ने वख-वख सभ्याचारक प्रोग्राम असी पेश करदे हां और उत्थे असी अपने जोन दीआं ट्रॉफीज भी लैके आए चलो बहुत वधिया हां जी परमात्मा इदां ही मेडल पेंदे रहन कॉलेज नूं बच्चियां इदां ही परफॉर्म करदियां रहन हां जी मैम सत श्री अकाल जी सत श्री अकाल सर तुहाडा की नाम जी सर हरप्रीत कौर ओके तुहाडा की सब्जेक्ट है जी म्यूजिक म्यूजिक तुहाडे तों कुछ सुनना चाहवांगे असी जे तुसीं जरूर जी जरूर हां जी वाह जी वाह वाह नी हीरिए नी गोरिए तेरी प्रीत दा मारिया नी रांझा जोगी होया शवा नी रांझा जोगी होया नीहरिए नी गोरिए तेरी प्रीत दा मारिया नी रांझा जोगी होया शवा नी रांझा जोगी होया कन्ना लई मैं कांटे कड़ौनियां कन्ना लई मैं कांटे कड़ौनियां कन्ना दे शिंगारे लई कन्ना दे शिंगारे लई सुननी पंबीरिए एथे बाओ एथों उड़दियां उथे बाओ नाल बुरी तां शौंकी रो नी हीरिए नी गोरिए तेर प्रीत दा मारिया नी रांझा जोगी होया शावा नी रांझा जोगी होया शावा नी रांझा जोगी होया डॉक्टर नेहा अरोड़ा है ओके मैम एंड मैं इकोनॉमिक्स की प्रोफेसर हूं ओके जी बिलोंग किथों करदे तुसी मैं अमृतसर तो अमृतसर तो हां जी ਤੁਹਾਡੀ ਫੈਮਿਲੀ ਸਾਰੀ ਠੀਕ ਠਾਕ ਜੀ ਹਾਂ ਜੀ ਸਰ ਬਹੁਤ ਵਧੀਆ ਕੌਣ ਕੌਣ ਜੀ ਪਰਿਵਾਰ ਚ ਮੇਰੇ ਫਾਦਰ ਇਨ ਲਾਅ ਨੇ ਮਦਰ ਇਨ ਲਾਅ ਨੇ ਗ੍ਰੈਂਡ ਮਦਰ ਇਨ ਲਾਅ ਵਾਹ ਜੀ ਵਾਹ ਮੇਰੇ ਹਸਬੰਡ ਤੇ ਮੇਰਾ ਛੋਟਾ 5 ਸਾਲ ਦਾ ਬੇਟਾ ਵਾਹ ਜੀ ਵਾਹ ਕੀ ਨਾਮ ਹੈ ਜੀ ਬੇਟੇ ਦਾ ਮਿਰਵਾਨ ਭੱਲਾ ਮਿਰਵਾਨ ਹਾਂ ਜੀ ਇਹਦਾ ਕੀ ਮਤਲਬ ਹੁੰਦਾ ਜੀ ਐਕਚੁਅਲੀ ਮਿਰਵਾਨ ਜਿਹੜਾ ਨਾਮ ਹੈ ਇਹ ਮੀਰ ਪਲੱਸ ਵਾਨ ਤੋਂ ਲਿੱਤਾ ਗਿਆ ਹੈ ਮੀਰ ਮਤਲਬ ਪੀਰ ਤੇ ਵਾਨ ਜੋ ਬਹੁਤ ਹੀ ਉਚਾਈਆਂ ਤੇ ਚੜਨ ਸੋ ਵਨ ਹੂ ਅਚੀਵਸ ਹਾਇਰ ਗੋਲਸ ਇਨ ਲਾਈਫ ਹਮੇਸ਼ਾ ਉਹ ਤਰੱਕੀ ਕਰਨ ਆਪਣੇ ਗੋਲ ਤੱਕ ਪਹੁੰਚਣ ਤੇ ਆਪਣੀ ਬਹੁਤ ਵਧੀਆ ਸਕਸੈਸ ਰਹਿਣ ਆਪਣੀ ਜ਼ਿੰਦਗੀ ਦੇ ਵਿੱਚ ਗੋਡ ਬੈਸ ਹਿਮ ਮੇਰੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਤੁਹਾਡੀ ਸਾਰੀ ਫੈਮਿਲੀ ਦੇ ਨਾਲ ਕੀ ਕੁਝ ਤੁਸੀਂ ਸੁਣਾਉਣਾ ਚਾਹੁੰਦੇ ਹੋ ਕੁਝ ਗੱਲਬਾਤ ਕਾ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਐਕਚੁਅਲੀ ਮੇਰੀ ਜਿਹੜੀ ਫਾਈਨਲ ਈਅਰ ਹੈ ਜਿਹੜੀ ਐਗਜ਼ਾਮ ਤੋਂ ਬਾਅਦ ਸਾਨੂੰ ਛੱਡ ਕੇ ਜਾ ਰਹੀ ਹੈ ਸਵੇਰੇ ਸਵੇਰੇ ਉਹਨਾਂ ਨੇ ਫਰਮਾਇਸ਼ ਕੀਤੀ ਸੀ ਸਪੈਸ਼ਲੀ ਗੁਰਪ੍ਰੀਤ ਕਿ ਮੈਮ ਤੁਸੀਂ ਡਾਂਸ ਕਰਨਾ ਹੈ ਸੋ ਅੱਜ ਮੈਂ ਉਹਨਾਂ ਦੇ ਲਈ ਹੀ ਸਿਰਫ ਆਪਣੇ ਬੱਚਿਆਂ ਲਈ ਥੋੜਾ ਜਿਹਾ ਪਰਫਾਰਮ ਕਰਾਂਗੀ ਜ਼ਰੂਰ ਜੀ ਐਂਡ 'ਚ ਜਾ ਕੇ ਪਹਿਲਾਂ ਤੁਸੀਂ ਗੱਲਬਾਤ ਚੈੱਕ ਕਰ ਸਕਦੇ ਹੋ ਸਪਨਾ ਓਕੇ ਜੀ ਓਕੇ ਓਕੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਕੀ ਨਾਮ ਜੀ ਰਮਨਜੀਤ ਕੌਰ ਸਰ ਤੁਸੀਂ ਕੀ ਪੜਾਉਂਦੇ ਹੋ ਜੀ ਸਰ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਅੱਛਾ ਜੀ ਤੁਹਾਡੇ ਕੀ ਹੌਬੀਜ਼ ਨੇ ਜੀ ਸਰ ਪੇਂਟਿੰਗ ਲਿਸਨਿੰਗ ਡਾਂਸਿੰਗ ਅੱਛਾ ਕੁਝ ਸੁਣਾਉਣਾ ਚਾਹੁੰਦੇ ਹੋ ਨਹੀਂ ਸਰ ਮੈਂ ਥੋੜਾ ਪਰਫਾਰਮ ਕਰਨਾ ਚਾਹਾਂਗੀ ਇਸ ਸੌਂਗ ਤੇ ਅੱਛਾ ਜੀ ਕਿਹੜੇ ਗਾਣੇ ਤੇ ਜੀ ਜਿਹੜਾ ਮਰਜ਼ੀ ਸਰ ਕੋਈ ਵੀ ਗਾਣਾ ਲਾ ਦਿਓ ਜੀ नशे तो दूर है ਅੱਛਾ ਜੀ ਚਲੋ ਬਹੁਤ ਵਧੀਆ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਕੀ ਨਾਮ ਜੀ ਅਮਨਦੀਪ ਕੌਰ ਅੱਛਾ ਜੀ ਤੁਸੀਂ ਕੀ ਪੜਾਉਂਦੇ ਜੀ ਇੰਗਲਿਸ਼ ਸਰ ਇੰਗਲਿਸ਼ ਹਾਂ ਜੀ ਓਕੇ ਜੀ ਆਪ ਕਿੱਥੋਂ ਪੜ੍ਹੇ ਤੁਸੀਂ ਸਰ ਸਰੂਪ ਰਾਣੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਓਕੇ 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 ਕੀ ਸੁਣਾਉਂਗੇ ਜੀ ਕੀ ਪੇਸ਼ ਕਰੋਗੇ ਸੌਂਗ ਸੁਣਾ ਦੇ ਸੁਣਾਓ ਸੌਂਗ ਸੁਣਾਓ ਲੋਕੀ ਪੂਜਣ ਰੱਬ ਮੈਂ ਤੇਰਾ पूजन रब वे सानू सो मक्या हज वे सानू सो मक्या हज वे तेरा बिरहड़ा
लोकी पूजन रब ना इस विच किसे तन दी मिट्टी ना इस विच किसे मन दा कूड़ा ना इस विच किसे तन दी मिट्टी ना इस विच किसे मन दा कूड़ा ऐसा जान छटाया सजवे ऐसा जान छटाया सजवे तेरा बिरहड़ा लोकी पूजन रब चलो जी अगले हफ्ते एक नवे कैंपस के मिलेंगे नवे कॉलेज के नाल नवे हफ्ते के एड्डी प्यार करते रहो शो नू MH1 जो भी हाँ तुहाडे करके हाँ बहुत प्यार बहुत सत्कार थैंक यू सो मच तुहाडा अपना रवनीत सत श्री अकाल जी थैंक यू सो मच सत श्री अकाल जी मैं तुहाडा अपना रवनीत थैंक यू सो मच तुसीं शो नू इन्ना प्यार करते हो नाल दे नाल MH1 कंटिन्यू मीडिया दे इस यूट्यूब चैनल नू तुसीं सबसक्राइब कर लो नाले बैल आइकन नू जरूर प्रेस कर लो ताकि अगले शोज़ दी जिहड़ी नोटिफिकेशन हैगी है वो तुहानू मिल जाण सत श्री अकाल जी